केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। ਬੀਤੇ ਦਿਨੀ ਪੰਜਾਬ ਵਿੱਚ ਹੋਈਆਂ ਜ਼ਿਲ੍ਹਾ ਪਰਿਸ਼ਦ ਚੋਣਾਂ ਤੋਂ ਬਾਅਦ ਬੈਲਟ ਬਕਸਿਆਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਗਿਆ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਬੈਲਟ ਬਕਸਿਆਂ ਦੀ ਸੁਰੱਖਿਆ ਵਿਵਸਥਾ ਅਤੇ ਕਾਊਂਟਿੰਗ ਦੀ ਜਗ੍ਹਾ ਦਾ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਜਲੰਧਰ ਵਿੱਚ 187 ਬਲਾਕ ਸੰਮਤੀ ਸੀਟਾਂ ਦੇ ਲਈ ਵੋਟਾਂ ਹੋਈਆਂ ਸਨ। ਬੈਲਟ ਬਕਸਿਆਂ ਨੂੰ 11 ਵੱਖ-ਵੱਖ ਥਾਵਾਂ 'ਤੇ ਸੁਰੱਖਿਅਤ ਰੱਖਿਆ ਗਿਆ ਹੈ। ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਬਾਅਦ ਦੁਪਹਿਰ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਪੁਲਿਸ ਦੇ ਜਵਾਨ ਬੜੀ ਹੀ ਮੁਸ਼ਤੈਦੀ ਦੇ ਨਾਲ ਸੁਰੱਖਿਆ ਵਿੱਚ ਲੱਗੇ ਹੋਏ ਹਨ ਅਤੇ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਹੀਂ ਵਰਤੀ ਜਾ ਰਹੀ। ਉਹਨਾਂ ਕਿਹਾ ਕਿ ਕਾਊਂਟਿੰਗ ਦੇ ਬਹੁਤ ਹੀ ਵਧੀਆ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਹਨ। ਜਲੰਧਰ ਤੋਂ ਰਵੀ ਗਿੱਲ ਅਤੇ ਜਵੇਸ਼ ਗਿੱਲ ਦੀ ਰਿਪੋਰਟ। ਸਕਿਉਰਿਟੀ ਅਗਰੀਮੈਂਟ ਕੀ ਹੈਗੀ ਜੋ ਜਲੰਧਰ ਜ਼ਿਲ੍ਹੇ ਦੀਆਂ ਜਿਹੜੀਆਂ 191 ਬਲਾਕ ਸੰਮਤੀ ਦੀਆਂ ਸੀਟਾਂ ਨੇ ਉਹਨਾਂ 'ਚੋਂ 4 ਨਿਰਵਿਰੋਧ ਹੋ ਗਈਆਂ ਸੀ। 187 ਲਈ ਚੋਣ ਹੋਈ ਹੈ ਪਰ 22 ਜ਼ੋਨ ਜਿਹੜੇ ਹੈਗੇ ਨੇ ਜ਼ਿਲ੍ਹਾ ਪਰਿਸ਼ਦ ਦੇ ਉਹਨਾਂ ਲਈ ਵੀ ਜਿਹੜੀ ਹੈਗੀ ਹੈ ਵੋਟਿੰਗ ਹੋ ਕੇ ਜਿਹੜੇ ਬੈਲਟ ਬਕਸੇ ਹੈਗੇ ਨੇ ਉਹਨਾਂ ਨੂੰ 11 ਥਾਵਾਂ 'ਤੇ ਹਰ ਬਲਾਕ 'ਚ ਇੱਕ ਕਾਊਂਟਿੰਗ ਸੈਂਟਰ ਬਣਾਇਆ ਗਿਆ। 11 ਥਾਵਾਂ 'ਤੇ ਸੁਰੱਖਿਅਤ ਰੱਖਿਆ ਗਿਆ ਔਰ ਇਹਨਾਂ ਦੀ ਜਿਹੜੀ ਗਿਣਤੀ ਹੈਗੀ ਹੈ 22 ਤਰੀਕ ਨੂੰ ਸਵੇਰੇ 8 ਵਜੇ ਸ਼ੁਰੂ ਹੋਏਗੀ। ਇਸ ਵੇਲੇ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਹੈਗੇ ਨੇ ਔਰ ਅਧਿਕਾਰੀ ਉਹਨਾਂ ਦਾ ਜਿਹੜਾ ਸੁਰੱਖਿਆ ਘੇਰਾ ਹੈਗਾ ਇਹਨਾਂ ਥਾਵਾਂ 'ਤੇ ਲਾਇਆ ਗਿਆ। ਮੇਰੇ ਵੱਲੋਂ ਚੈਕਿੰਗ ਕੀਤੀ ਗਈ, ਬੜੀ ਮੁਸਤੈਦੀ ਨਾਲ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਕੀਤੀ ਜਾ ਰਹੀ ਹੈ। ਕਿਸੇ ਕਿਸਮ ਦੀ ਜਿਹੜੀ ਹੈਗੀ ਹੈ ਕੁਤਾਹੀ ਇਸ 'ਚ ਨਹੀਂ ਵਰਤੀ ਜਾਏਗੀ। ਇਸ ਤੋਂ ਇਲਾਵਾ ਕਾਊਂਟਿੰਗ ਦੇ ਜਿਹੜੇ ਇੰਤਜ਼ਾਮਾਤ ਨੇ ਜਿੱਦਾਂ ਤੁਸੀਂ ਦੇਖਿਆ ਹੈਗਾ ਹਰ ਥਾਂ 'ਤੇ ਜਿਹੜਾ ਹੈਗਾ ਅਸੀਂ ਕਾਊਂਟਿੰਗ ਸੈਂਟਰ ਬਣਾਏ ਨੇ ਔਰ ਟੇਬਲਸ ਲੱਗ ਕੇ ਔਰ ਜਾਲੀ ਵਗੈਰਾ ਦਾ ਇੰਤਜ਼ਾਮ ਕਰਕੇ ਇਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਜਾਏਗਾ ਤਾਂ ਕਿ ਉਸ ਦਿਨ ਕਾਊਂਟਿੰਗ 'ਚ ਕੋਈ ਵੀ ਦਿੱਕਤ ਨਾ ਆਵੇ। ਕਿਉਂਕਿ ਇਹ ਕਾਊਂਟਿੰਗ ਜਿਹੜੀ ਹੈਗੀ ਹੈ ਟ੍ਰੈਡੀਸ਼ਨਲ ਤਰੀਕੇ ਨਾਲ ਬੈਲਟ ਪੇਪਰ ਜਿਹੜੇ ਕਾਗਜ਼ ਵਾਲੇ ਹੈਗੇ ਨੇ ਉਹਨਾਂ ਦਾ ਹੀ ਹੋਣੀ ਹੈ। ਇਸ ਕਰਕੇ ਦੁਪਹਿਰ ਬਾਅਦ ਹੀ ਜਿਹੜੇ ਹੈਗੇ ਨਤੀਜੇ ਆਉਣਗੇ ਔਰ ਜਿੱਥੇ ਵੋਟਾਂ ਵੱਧ ਨੇ ਉੱਥੇ ਦੇਰ ਸ਼ਾਮ ਤੱਕ ਆਉਣਗੇ। ਸਰ ਇਹਦੇ ਵਿੱਚ ਕਾਊਂਟਿੰਗ ਸਟਾਫ ਦੀ ਕਿੰਨਾ ਗੱਲ ਕਰੀਏ, ਰਾਊਂਡ ਵਾਈਜ਼ ਹੋ ਗਿਆ ਜਾਂ ਕਿੱਦਾਂ ਸਰਵਿਸ ਰਹੇਗਾ ਕਾਊਂਟਿੰਗ? ਇੱਥੇ ਇਸ ਤਰ੍ਹਾਂ ਹੈ ਜੀ, ਹਰ ਥਾਂ 'ਤੇ ਜਿਹੜਾ ਹੈਗਾ 11 ਸਾਡੇ ਬਲੋਕ ਹੈਗੇ ਨੇ ਜੀ, ਤੋ 11 ਨੂੰ ਇਹ ਤੁਸੀਂ 14 ਨਾਲ ਮਲਟੀਪਲਾਈ ਕਰ ਲਓ ਅਤੇ ਜਮ੍ਹਾਂ ਰਿਜ਼ਰਵ ਸਟਾਫ ਪਾ ਲਓ ਤਾਂ 200 ਦੇ ਕਰੀਬ ਜਿਹੜੇ ਹੈਗੇ ਆ ਸਿਕਿਉਰਿਟੀ ਜਿਹੜੇ ਸਾਡੇ ਕਾਊਂਟਿੰਗ ਸੁਪਰਵਾਈਜ਼ਰਸ ਲਗਾਏ ਗਏ ਨੇ, ਇੰਨਾ ਹੀ ਜਿਹੜਾ ਹੈਗਾ ਉਹਨਾਂ ਦੇ ਨਾਲ ਕਾਊਂਟਿੰਗ ਸਟਾਫ ਲਗਾਇਆ ਗਿਆ, ਨਾਲ ਜਿਹੜੇ ਸੇਵਾਦਾਰ ਲਗਾਏ ਗਏ ਨੇ ਔਰ ਸੁਰੱਖਿਆ ਕਰਮਚਾਰੀ ਜਿਹੜੇ ਪੰਜਾਬ ਪੁਲਿਸ ਦੇ ਉਹ ਹੋਣਗੇ ਅਤੇ ਜਿਹੜੀਆਂ ਪਾਰਟੀਆਂ ਦੇ ਕੈਂਡੀਡੇਟ ਹੈਗੀਆਂ ਨੇ ਉਹ ਆਪਣੇ ਰਿਟਰਨਿੰਗ ਆਫਿਸਰ ਨਾਲ ਗੱਲ ਕਰਕੇ ਆਪਣੇ ਜਿਹੜੇ ਕਾਊਂਟਿੰਗ ਏਜੰਟ ਨੇ ਉਹਨਾਂ ਦੀ ਵੀ ਨਿਯੁਕਤੀ ਉੱਥੇ ਮੌਕੇ 'ਤੇ ਕਰ ਸਕਦੀਆਂ। ਇਹਦੇ ਜਿਹੜੇ ਰਾਊਂਡਸ ਹੋਣਗੇ ਹਰ ਥਾਂ 'ਤੇ ਲਗਭਗ 120 ਦੇ ਕਰੀਬ, ਕਿਉਂਕਿ ਬੂਥ ਹੈਗੇ ਨੇ, ਕਿਤੇ ਕਿਤੇ 100 ਵੀ ਨੇ, ਕਿਤੇ ਕਿਤੇ 150 ਵੀ ਨੇ, ਤਾਂ ਲਗਭਗ ਇਹਦੇ 10 ਤੋਂ ਲੈ ਕੇ 14 ਤੱਕ ਰਾਊਂਡ ਹੋਣਗੇ ਔਰ ਰਾਊਂਡ ਵਾਈਜ਼ ਕਿਉਂਕਿ ਇਸ 'ਚ ਨੋਰਮਲੀ 1 ਘੰਟਾ ਲੱਗ ਜਾਂਦਾ ਤਾਂ ਘੱਟੋ ਘੱਟ ਹਰ ਥਾਂ 'ਤੇ ਰਿਜ਼ਲਟ ਆਉਣ ਨੂੰ 10-10 ਘੰਟੇ ਲੱਗਣ ਦੀ ਸੰਭਾਵਨਾ ਹੈਗੀ ਹੈ। ਤੋ ਅਗਰ ਸਵੇਰੇ 8 ਵਜੇ ਸ਼ੁਰੂ ਹੁੰਦਾ ਤਾਂ ਸ਼ਾਮ ਨੂੰ 5-6 ਵਜੇ ਤੱਕ ਨਤੀਜੇ ਫਾਈਨਲ ਹੋਣਗੇ। ਠੀਕ ਮਲਕੀਤ ਭਾਈ,
देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज चैनल के पीडी न्यूज, हक सच और इंसाफ की आवाज़ आपको रखे सबसे आगे।